ਸਾਡੇ ਤੇ ਕਿਰਪਾ ਕਰੋ ਦਾਤਾਰ ਪ੍ਰਭੂ ਜੀ, ਸਾਨੂੰ ਆਪਣਾ ਲਖਸ਼ ਸਮਝ ਆ ਜਾਵੇ, ਸਾਨੂੰ ਆਪਣੀ ਮੰਜ਼ਿਲ ਸਾਹਮਣੇ ਦਿਸਣ ਲੱਗ ਜਾਵੇ, ਅਸੀਂ ਖੁੰਝ ਨਾ ਜਾਈਏ, ਅਟਕ ਨਾ ਜਾਈਏ, ਰੁਕ ਨਾ ਜਾਈਏ। ਅਗਰ ਇਹ ਗੱਲ ਸਮਝ ਨਹੀਂ ਆਈ ਤਾਂ ਜੀਵਨ ਜਿਉਂਦਿਆਂ ਹੋਇਆਂ ਜੀਵ ਉਲਝ ਜਾਵੇਗਾ ਅਤੇ ਰਸਤਿਓਂ ਕੁਰਸਤੇ ਪੈ ਕੇ ਉਹਦਾ ਸਮਾਂ ਅਤੇ ਸਰੀਰ ਅਜਾਈ ਚਲਾ ਜਾਏਗਾ। ਗਰੀਬ ਨਵਾਜ ਦਾਤਾਰ ਪ੍ਰਭੂ ਜੀ ਨੇ ਤੁਰਦਰਗਾਹੀ ਬਚਨਾਂ ਦੇ ਦੁਆਰਾ ਸਾਨੂੰ ਵਾਰ ਵਾਰ ਸਮਝਾਉਣਾ ਕੀਤਾ, ਜੀਵਨ ਨੂੰ ਸਵਾਰ, ਤੇਰਾ ਜੀਵਨ ਸਵਰ ਗਿਆ, ਮੰਜ਼ਿਲ 'ਤੇ ਪਹੁੰਚ ਜਾਵੇਗਾ, ਪਤਾ ਲੱਗ ਜਾਵੇਗਾ। ਸਤਿਗੁਰੂ ਗਰੀਬ ਨਵਾਜ ਦਾਤਾਰ ਪ੍ਰਭੂ ਜੀ ਸ਼ਹੀਦਾਂ ਦੇ ਸਿਰਤਾਜ, ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ, ਬੜੇ ਪ੍ਰੇਮ ਪੂਰਵਕ ਤਰੁੱਠ ਕਰਕੇ ਸੰਸਾਰ ਦੇ ਜੀਵਾਂ ਦਾ ਭਲਾ ਲੋਚਦਿਆਂ ਹੋਇਆਂ ਆਪਣੀ ਜ਼ੁਬਾਨੇ ਪਾਕ ਤੋਂ ਸੂਹੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਦੇ ਨੇ। ਦਿਆਲੂ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਨੁੱਖ ਤੈਨੂੰ ਪਤਾ ਇਹ ਸਰੀਰ, ਇਹ ਕਾਇਆ, ਇਹ ਸਮਾਂ ਤੈਨੂੰ ਕਿਉਂ ਪ੍ਰਾਪਤ ਹੋਇਆ ਹੈ? ਇਸ ਲਈ ਨਹੀਂ ਮਿਲਿਆ ਕਿ ਤੂੰ ਖਾਵੇਂ ਖਰਚੇ, ਸੰਸਾਰ ਦੇ ਅੰਦਰ ਮੌਜ ਮਸਤੀਆਂ ਕਰੇ ਅਤੇ ਤੈਨੂੰ ਇਸ ਲਈ ਸਰੀਰ ਮਿਲਿਆ ਹੋਵੇ, ਜਾਂ ਤੂੰ ਕਾਰੋਬਾਰੀ ਧੰਦਿਆਂ ਦੇ ਵਿੱਚ ਗੁਲਤਾਨ ਹੋ ਜਾਵੇਂ, ਕੀ ਇਸ ਲਈ ਸਰੀਰ ਮਿਲਿਆ? ਪਰਿਵਾਰ ਕੁਟੁੰਬ ਸੰਸਾਰ ਦੇ ਵਿੱਚ ਗੁਲਤਾਨ ਹੋ ਜਾਵੇਂ, ਇਸ ਲਈ ਸਰੀਰ ਮਿਲਿਆ? ਮਹਾਰਾਜ ਕਹਿੰਦੇ ਨਹੀਂ, ਤੈਨੂੰ ਸਰੀਰ ਮਿਲਿਆ ਹੈ ਮਾਲਕ ਨੂੰ ਮਿਲਣ ਵਾਸਤੇ, ਅਤੇ ਜਿੰਨਾ ਸਮਾਂ ਵਾਹਿਗੁਰੂ ਜੀ ਨੇ ਤੇਰਾ ਮੁਕਰਰ ਕਰਕੇ ਭੇਜਿਆ ਨਾ, ਇੱਕ ਆਇਆਂ ਦਾ, ਇੱਕ ਆਇਆਂ ਦੇ ਨਾਲ ਸੰਸਾਰ ਦਾ ਸਫ਼ਰ ਨਿਭਾਉਣਾ ਹੈ, ਅਤੇ ਮਹਾਰਾਜ ਕਿਰਪਾ ਕਰਦੇ ਨੇ ਸੱਜਣਾ, ਉਹ ਤੇਰੇ ਹੱਥੋਂ ਨਿਕਲਦਾ ਜਾ ਰਿਹਾ ਹੈ, ਉਹ ਬਤੀਤ ਹੁੰਦਾ ਜਾ ਰਿਹਾ ਹੈ, ਖਰਚ ਹੁੰਦਾ ਜਾ ਰਿਹਾ ਹੈ, ਕੀ ਕਰੇਗਾ? ਮਾਲਕ ਦੇ ਕੋਲ ਜਾ ਕੇ ਜਦੋਂ ਤੇਰਾ ਸਮਾਂ ਮੁੱਕ ਗਿਆ। ਸਤਿਗੁਰੂ ਗਰੀਬ ਨਵਾਜ ਸਮਝਾਉਂਦਿਆਂ ਬਚਨ ਕਰਦੇ ਨੇ, ਮਨੁੱਖ ਕਦੇ ਆਪਣੇ ਜੀਵਨ ਵੱਲੇ ਝਾਤੀ ਮਾਰਿਆ ਕਰ, ਤੂੰ ਦੂਜਿਆਂ ਦੇ ਜੀਵਨ ਵੱਲੇ, ਦੂਜਿਆਂ ਦੇ ਘਰਾਂ ਵੱਲੇ, ਦੂਜਿਆਂ ਦੇ ਕਾਰੋਬਾਰ ਵੱਲੇ, ਦੂਜਿਆਂ ਦੇ ਵਪਾਰ ਵੱਲੇ ਬੜੀ ਨਜ਼ਰ ਮਾਰਦਾ ਹੈ,
ਕਦੇ ਆਪਣੇ ਬਲ ਵੀ ਝਾਤੀ ਮਾਰਿਆ ਕਰ, ਤੇਰਾ ਜੀਵਨ ਕਿਹੋ ਜਿਹਾ, ਤੂੰ ਕੀ ਕੁਝ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਝਾਤੀ ਮਾਰ, ਤੈਨੂੰ ਨਿਰੰਕਾਰ ਮਿਲੇ, ਇੱਧਰ ਉੱਧਰ ਨਾ ਦੇਖਦਾ ਫਿਰ। ਮਹਾਰਾਜ ਕਹਿੰਦੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਉਮਰ ਜਿਹੜੀ ਆ, ਤੇਰਾ ਜੀਵਨ ਜਿਹੜਾ ਹੈ, ਜ਼ਿੰਦਗੀ ਤੇਰੀ ਜਿਹੜੀ ਹੈ, ਇਹ ਦਰਿਆ ਦੇ ਵਹਿਣ ਵਾਂਗੂ, ਦਰਿਆ ਦੇ ਪਾਣੀ ਵਾਂਗੂ, ਨਦੀ ਦੇ ਪਾਣੀ ਵਾਂਗੂ, ਜਿਵੇਂ ਬੜੀ ਤੇਜ਼ੀ ਨਾਲ ਨਦੀਆਂ ਦਾ, ਦਰਿਆਵਾਂ ਦਾ ਪਾਣੀ ਚੱਲਦਾ, ਉਹਦਾ ਵਹਿਣ ਚੱਲਦਾ ਹੈ, ਅਤੇ ਉਹ ਵਹਿੰਦਾ ਤੁਰਿਆ ਜਾਂਦਾ ਆ, ਉਹ ਜਿਸ ਪਾਸੇ ਨੂੰ ਜਾਂਦਾ ਹੈ, ਵਹਿਨਤ ਦਾਊ ਗੌਂ ਕਰੇ, ਉੱਧਰ ਨੂੰ ਜਾਂਦਾ ਉਹਦਾ ਵਹਿਣ। ਇਹ ਵਹਿੰਦੀ ਜਾ ਰਹੀ ਹੈ, ਉਮਰ ਬਸਰ ਹੁੰਦੀ ਜਾ ਰਹੀ ਹੈ, ਬਤੀਤ ਹੁੰਦੀ ਜਾ ਰਹੀ, ਪਾਣੀ ਦੇ ਵਹਾਅ ਦੀ ਤਰ੍ਹਾਂ ਇੱਕ ਪਾਸੇ ਨੂੰ ਤੁਰੀ ਜਾ ਰਹੀ ਆ। ਕਦੇ ਇਹਦੇ ਵੱਲੇ ਵੀ ਧਿਆਨ ਦਿਆ ਕਰ, ਇੰਨੀ ਉਮਰ ਬਸਰ ਹੋ ਗਈ, ਕੀ ਮੈਂ ਖੱਟਿਆ, ਕੀ ਮੈਂ ਗਵਾਇਆ, ਅਤੇ ਕੀ ਅੱਜ ਤੱਕ ਪ੍ਰਾਪਤ ਕੀਤਾ। ਮਹਾਰਾਜ ਕਹਿੰਦੇ, ਬਹਿਤੀ ਜਾਤ, ਤੇਰੀ ਉਮਰ ਵਹਿੰਦੀ ਜਾ ਰਹੀ ਹੈ, ਸਮਾਂ ਬਤੀਤ ਹੁੰਦਾ ਜਾ ਰਿਹਾ। ਅਗਲਾ ਪਾਸਾ ਨੇੜੇ ਆਉਂਦਾ, ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰ। ਪਿਛਲਾ ਪਾਸਾ ਜਿਹਨੂੰ ਜ਼ਿੰਦਗੀ, ਜਿਹਨੂੰ ਜਨਮ ਕਹਿੰਦੇ, ਉਹ ਦੂਰ ਰਹਿ ਗਿਆ, ਅਗਲਾ ਪਾਸਾ ਨੇੜੇ ਆਉਂਦਾ ਜਾਂਦਾ ਹੈ। ਜਿਹੜਾ ਐਂ ਦਿਸਦਾ ਆ, ਬਈ ਪਤਾ ਨਹੀਂ ਜਦੋਂ ਮੰਜ਼ਿਲ 'ਤੇ ਪਹੁੰਚ ਗਏ, ਸਰੀਰ ਤਿਆਗਣਾ ਅਤੇ ਛੱਡ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਈ ਅਗਲਾ ਪਾਸਾ ਨਜ਼ਰ ਆਉਂਦਾ, ਬਹਿਤੀ ਜਾਤ ਆਜੂ ਬਤੀਤ ਹੁੰਦੀ ਜਾ ਰਹੀ ਹੈ, ਤੇਰੇ ਪੱਲੇ ਬਚਿਆ ਕੁਝ ਨਹੀਂ, ਉਹ ਨੰਘਦਾ ਤੁਰਿਆ ਜਾ ਰਿਹਾ ਹੈ, ਪਰ ਤੂੰ ਅਗਿਆਨਤਾ ਦੇ ਅੰਦਰ, ਬੇਸਮਝੀ ਦੇ ਅੰਦਰ, ਸੂਝ ਨਾ ਰੱਖਣ ਕਰਕੇ, ਔਰ ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਇੱਧਰ ਨਜ਼ਰ ਹੀ ਨਹੀਂ ਮਾਰੀ ਕਿ ਮੇਰੇ ਘਰ ਦਾ ਕੀ ਲੁੱਟਿਆ ਪੁੱਟਿਆ ਜਾ ਰਿਹਾ, ਮੇਰੀ ਜ਼ਿੰਦਗੀ ਵਿੱਚੋਂ ਕੀ ਲੁੱਟਿਆ ਪੁੱਟਿਆ ਜਾ ਰਿਹਾ, ਮੇਰਾ ਕੀ ਨੁਕਸਾਨ ਹੋ ਰਿਹਾ ਹੈ। ਹੋਕਰਾ ਮਾਰਦਾ ਰਿਹਾ ਦੂਜਿਆਂ ਨੂੰ, ਦੱਸਦਾ ਰਿਹਾ ਦੂਜਿਆਂ ਨੂੰ ਢੰਗ, ਦੂਜਿਆਂ ਨੂੰ ਦੱਸਦਾ ਰਿਹਾ, ਆਪਣੀ ਖੇਤੀ ਸਾਰੀ ਉੱਜੜ ਗਈ, ਆਪਣਾ ਜੀਵਨ ਬਰਬਾਦ ਹੋ ਗਿਆ। ਮਹਾਰਾਜ ਕਹਿੰਦੇ, ਬਈ ਤੂੰ ਸੰਸਾਰ ਅੰਦਰ ਕਦੇ ਰਹਿੰਦੇ ਆ, ਆਪਣੇ ਜੀਵਨ ਵੱਲੇ ਦ੍ਰਿਸ਼ਟੀ ਮਾਰ, ਨਦਰ ਮਾਰ, ਜਦੋਂ ਤੂੰ ਆਪਣੇ ਆਪ ਨੂੰ ਖੁਦ ਵੇਖੇਗਾ ਨਾ, ਉਦੋਂ ਜੀਵਨ ਸਵਰਨਾ ਹੀ। ਜਿੰਨਾ ਚਿਰ ਅਸੀਂ ਦੂਜੇ ਪਾਸੇ ਨੂੰ ਦੇਖਦੇ ਹਾਂ, ਸਾਡੀਆਂ ਨਿਗਾਹਾਂ, ਸਾਡੀਆਂ ਅੱਖਾਂ ਸਾਡੇ ਵੱਲ ਨਹੀਂ ਵੇਖਦੀਆਂ, ਦੂਜੇ ਵੱਲ ਵੇਖਦੀਆਂ ਨੇ। ਜਦੋਂ ਦੂਜੇ ਵੱਲ ਵੇਖਦੀਆਂ, ਤੇ ਦੂਸ਼ਣ ਵੀ ਉਹਦੇ ਵੇਖਦੀਆਂ ਨੇ, ਗੁਨਾਹ ਵੀ ਉਹਦੇ ਦੇਖਦੀਆਂ ਨੇ, ਔਰ ਕਿਸੇ ਦੀਆਂ ਅੱਖਾਂ ਸਾਡੇ ਵੱਲ ਵੇਖਦੀਆਂ ਨੇ,
ਉਹ ਸਾਡੇ ਬਾਰੇ ਜਾਣਦੀਆਂ ਨੇ, ਉਹਨੂੰ ਸਾਡੇ ਦੂਸ਼ਣ ਸਾਡੇ ਗੁਨਾਹ ਨਜ਼ਰ ਆਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਦੇ ਨਜ਼ਰ ਨੂੰ ਨੇੜੇ ਲਿਆ, ਆਪਣੇ ਵੱਲ ਦ੍ਰਿਸ਼ਟੀ ਕਰ, ਆਪਣੇ ਵੱਲ ਦੇਖਣਾ ਕਰ ਕਿ ਜਿਹੜਾ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ ਨਾ, ਇਹ ਬਤੀਤ ਹੁੰਦਾ ਜਾ ਰਿਹਾ, ਇਹਨੇ ਹੱਥੋਂ ਨਿਕਲ ਜਾਣਾ, ਸਮੇਂ ਨੇ ਸਰੀਰ ਨੇ ਔਰ ਇਹਨੇ ਚਲੇ ਜਾਣਾ ਆ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਪਰੀਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾ ਧਿਆ, ਸੰਸਾਰ ਦੇ ਜੰਜਾਲ ਨੂੰ ਪਰੇ ਕਰਕੇ, ਸੰਸਾਰ ਦੇ ਜੁਮਲ ਨੂੰ ਪਰੇ ਕਰਕੇ ਪਰਿਪੂਰਨ ਪਰਮਾਤਮਾ ਦੇ ਗੁਣ ਗਾ। ਅਤੇ ਭਗਤ ਜੀ ਤਾਂ ਇਹ ਵੀ ਬਚਨ ਕਰਦੇ, ਉਪਜੈ ਨਿਪਜੈ ਨਿਪਜ ਸਮਾਈ, ਪੈਦਾ ਹੁੰਦੇ ਔਰ ਪੈਦਾ ਹੋ ਕੇ ਨਸ਼ਟ ਹੁੰਦੇ, ਫਿਰ ਖਤਮ ਹੋ ਜਾਂਦੇ। ਭਗਤ ਜੀ ਕਹਿੰਦੇ ਨੈਨਹ ਦੇਖਤ ਇਹੋ ਜਗ ਜਾਈ, ਇਹ ਨੇਤਰਾਂ ਦੇ ਨਾਲ ਵੇਖਦਿਆਂ, ਅੱਖਾਂ ਦੇ ਨਾਲ ਦੇਖਦਿਆਂ ਜਗ ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ, ਲੰਘਦਾ ਜਾ ਰਿਹਾ ਹੈ। ਲਾਜ ਨਾ ਮਰੋ ਕਹੋ ਘਰ ਮੇਰਾ, ਕਹਿਣ ਲੱਗੇ ਤੈਨੂੰ ਲੱਜਾ ਨਹੀਂ ਆਉਂਦੀ, ਤੈਨੂੰ ਸ਼ਰਮ ਨਹੀਂ ਆਉਂਦੀ? ਕਹਿੰਦਾ ਇਹ ਘਰ ਮੇਰਾ, ਤੇਰੇ ਤੋਂ ਪਹਿਲਾਂ ਤੇਰਾ ਬਾਪ ਕਹਿੰਦਾ ਸੀ ਘਰ ਮੇਰਾ, ਉਹਦੇ ਤੋਂ ਪਹਿਲਾਂ ਤੇਰਾ ਦਾਦਾ ਕਹਿੰਦਾ ਸੀ ਘਰ ਮੇਰਾ, ਉਹਦੇ ਤੋਂ ਪਹਿਲਾਂ ਤੇਰਾ ਪੜ ਦਾਦਾ ਕਹਿੰਦਾ ਸੀ ਘਰ ਮੇਰਾ। ਇੱਥੇ ਮੇਰਾ ਕਹਿਣ ਵਾਲਾ ਰਿਹਾ ਕੋਈ ਨਾ, ਅਤੇ ਜਦੋਂ ਤੈਨੂੰ ਪਤਾ ਹੈ ਬਈ ਮੇਰਾ ਨਹੀਂ, ਇਹ ਕਿਸੇ ਹੋਰ ਦਾ ਜਿਹੜਾ ਬਣਾਇਆ, ਇਹਦੇ 'ਚ ਰਹਿਣਾ ਵਸਣਾ ਕਿਸੇ ਹੋਰ ਨੇ ਆ, ਫਿਰ ਹਉਮੈਂ ਕਿਹੜੀ ਗੱਲ ਦੀ ਕਰਦਾ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਿ ਘਰ ਮੇਰਾ, ਉਸ ਬਾਹਰੀ ਦੁਨਿਆਵੀ ਘਰ ਤੋਂ ਥੋੜ੍ਹਾ ਜਿਹਾ ਨੇੜੇ ਬਿਰਤੀ ਨੂੰ ਲਿਆਈਏ। ਕਹਿੰਦੇ ਸਰੀਰ ਮੇਰਾ, ਘਰ ਦੀ ਜਾਇਦਾਦ ਬੱਚੇ ਵੰਡਾ ਲੈਣਗੇ, ਸਰੀਰ 'ਚੋਂ ਤਾਂ ਨਹੀਂ ਨਾ ਕੁਝ ਕੱਢ ਲੈਂਦੇ, ਸਰੀਰ ਤਾਂ ਮੇਰਾ। ਕਹਿਣ ਲੱਗੇ ਇਸ ਸਰੀਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਆਏ ਕਿੰਨੇ ਕੁ ਚਲੇ ਗਏ। ਭਗਤ ਸਾਹਿਬ ਜੀ ਤਾਂ ਬਚਨ ਕਰਦੇ ਨੇ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਇਆ, ਪਤਾ ਨਹੀਂ ਕਿੰਨੇ ਕੁ ਇਸ ਸਰੀਰ ਵਿੱਚ ਆ ਗਏ ਅਤੇ ਉਹ ਚਲੇ ਗਏ, ਇੱਥੇ ਰਹਿਣਾ ਮਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਲੱਜਾ ਨਹੀਂ ਆਉਂਦੀ, ਤੂੰ ਕਹਿਣਾ ਸਰੀਰ ਮੇਰਾ, ਸਰੀਰ ਪਰਮਾਤਮਾ ਦਾ ਦਿੱਤਾ ਹੈ। ਅਤੇ ਜਦੋਂ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਨੂੰ ਭਗਤਾਂ ਨੂੰ ਗੁਰਸਿੱਖਾਂ ਨੂੰ ਰੱਬ ਨਾਲ ਰੰਗ ਰਤੜੀਆਂ ਰੂਹਾਂ ਨੂੰ ਇਹ ਗੱਲ ਨਜ਼ਰ ਆਈ ਆ ਕਿ ਵਾਹਿਗੁਰੂ ਸੰਸਾਰ ਤੇਰਾ, ਕਾਰੋਬਾਰ ਤੇਰਾ, ਕਰਤਾ ਕਾਰਨ ਤੂੰ, ਵਾਹਿਗੁਰੂ ਸਭ ਕੁਝ ਤੇਰਾ ਹੈ, ਅਤੇ ਜੇ ਮੈਂ ਤੇਰੀਆਂ ਦਾਤਾਂ 'ਚੋਂ ਕੁਝ ਤੇਰੇ ਅਰਪਿਤ ਕਰ ਦਿੱਤਾ ਮੇਰਾ ਇਹਦੇ 'ਚ ਕੀ। ਮਹਾਰਾਜ ਕਬੀਰ ਸਾਹਿਬ ਬਚਨ ਕਰਦੇ ਨੇ ਕਬੀਰ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ।
ਅਸੀਂ ਕਹਿ ਦੇਵਾਂਗੇ ਜੀ ਇਹ ਵਸਤੂ ਮੇਰੀ ਨਹੀਂ, ਪਰ ਅੰਦਰ ਅਪਨੱਤ ਹੈ। ਅੰਦਰ ਅਪਨੱਤ, ਜਦੋਂ ਅੰਦਰ ਦੀ ਪਕੜ ਛੱਡੀ ਗਈ ਨਾ, ਔਰ ਉਸ ਵੇਲੇ ਗੱਲ ਬਣਨੀ ਆ, ਉਦੋਂ ਮਿਲਾਪ ਹੋਣਾ। ਕਹਿੰਦੇ ਲਾਦ ਨਾ ਮਰੋ, ਸ਼ਰਮਸਾਰ ਕਿਉਂ ਨਹੀਂ ਹੁੰਦੇ? ਕਹੂ ਘਰ ਮੇਰਾ, ਇਹ ਘਰ ਤੇਰਾ ਨਹੀਂ, ਘਰ ਉਹ ਤੇਰਾ ਹੈ ਜਿਹੜਾ ਗੁਰੂ ਨੇ ਬਣਾਇਆ ਅਤੇ ਗੁਰੂ ਨੂੰ ਮਿਲਿਆ। ਸੋ ਘਰ ਗੁਰ ਨਾਨਕ ਕੋ ਦੀਆ, ਉਹ ਘਰ ਕਿਹੜਾ? ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਜ ਘਰ ਮਹਿਲ ਪਾਵੋ। ਆਪਣੇ ਘਰ ਵਿੱਚ ਮਹਾਲੋ ਸਾਰ ਕਿਸੇ ਦੇ ਕਿਉਂ ਉਸਾਰੀ ਜਾਣਾ? ਜਿੱਥੇ ਤੈਨੂੰ ਰਹਿਣਾ ਵਸਣਾ ਹੀ ਨਹੀਂ ਮਿਲਣਾ, ਉੱਥੇ ਬਣਾ। ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ। ਉਸ ਮਹੱਲ ਦੇ ਅੰਦਰ ਪ੍ਰਵੇਸ਼ ਕਰਕੇ ਆਉਣਾ ਜਾਣਾ ਨਹੀਂ ਹੋਵੇਗਾ, ਰਹਿਣਾ ਨਹੀਂ ਮਿਲੇਗਾ। ਔਰ ਇੱਥੇ ਸੰਸਾਰ ਦੇ ਵਿੱਚ ਆਵਾਗਮਨ ਦੇ ਚੱਕਰ ਵਿੱਚ ਨਹੀਂ ਪਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੇਤਰਾਂ ਨਾਲ ਤੱਕਦਿਆਂ ਸੰਸਾਰ ਅੱਗੇ ਨਿਕਲ ਗਿਆ। ਔਰ ਸੱਜਣਾ, ਤੈਨੂੰ ਆਪਣੀ ਆਜੂ ਬਤੀਤ ਹੁੰਦੀ, ਕਦੇ ਨਦਰ ਨਹੀਂ ਆਈ, ਕਦੇ ਨਦਰ ਨਹੀਂ ਪਈ ਕਿ ਮੇਰਾ ਸਰੀਰ ਦਿਨ ਬਾ ਦਿਨ ਮੇਰੇ ਕੋਲੋਂ ਖਿਸਕ ਰਿਹਾ ਹੈ, ਜਾ ਰਿਹਾ ਹੈ। ਅਤੇ ਉਦੋਂ ਪਹਿਲਾਂ ਜਾਣ ਤੋਂ ਮੈਂ ਇਹਦੇ ਨਾਲ ਕੁਝ ਕਰ ਲਵਾਂ। ਮਹਾਰਾਜ ਕਹਿੰਦੇ ਮਿੱਥਿਆ ਮੋਹ ਬੰਦਾ ਹੈ ਨਿਤ ਪਾਰਚ। ਮਹਾਰਾਜ ਕਹਿੰਦੇ ਮਿੱਥਿਆ ਜੋ ਵਿਨਾਸ਼ ਰੂਪ ਨੇ ਸੰਸਾਰ ਵਿੱਚ, ਜੋ ਨਸ਼ਟ ਨੇ, ਖਤਮ ਨੇ, ਕਹਿੰਦੇ ਉਹਨਾਂ ਦੇ ਮੋਹ ਦੇ ਵਿੱਚ ਔਰ ਬੰਧਹਿ ਨਿਤ ਪਾਰਚ, ਉਹਨਾਂ ਦੇ ਮੋਹ ਵਿੱਚ ਔਰ ਨਿਤ ਪਰਚਿਆ ਰਹਿੰਦਾ, ਫਸਿਆ ਰਹਿੰਦਾ ਹੈ। ਅਤੇ ਫਸ ਕਰਕੇ ਮੋਹ ਦੀਆਂ ਤੰਦਾਂ ਦੀ ਜਕੜਨ ਦੇ ਵਿੱਚ ਬੱਧਾ ਹੋਇਆ, ਨਿਕਲ ਨਹੀਂ ਸਕਦਾ, ਉਹਨਾਂ ਨੂੰ ਤੋੜ ਕੇ ਅੱਗੇ ਨਹੀਂ ਵੱਧ ਸਕਦਾ। ਔਰ ਪਰਿਵਾਰ ਦੇ ਸੰਬੰਧਾਂ ਵਿੱਚ, ਸੰਸਾਰ ਦੇ ਸੰਬੰਧਾਂ ਵਿੱਚ, ਇਹਨਾਂ ਸੰਬੰਧੀਆਂ ਦੇ ਅੰਦਰ ਮੋਹ ਦੀਆਂ ਤੰਦਾਂ ਨਾਲ ਬੱਧਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਮਿੱਥਿਆ ਸੰਗ, ਸੰਗ ਲਪਟਾਏ ਮਿੱਥਿਆ ਦੇ ਨਾਲ, ਵਿਨਾਸ਼ਕਾਰੀ ਦੇ ਉਹਦੇ ਨਾਲ ਲੰਪਟ ਹੋਇਆ, ਇਕਮਿਕ ਹੋਇਆ ਹੈ। ਮਹਾਰਾਜ ਕਹਿੰਦੇ ਮੋਹ ਮਾਇਆ ਕਰ ਬੰਧ, ਮੋਹ ਮਾਇਆ ਦੇ ਕਾਰਨ ਇਹਨਾਂ ਤੰਦਾਂ ਦੇ ਨਾਲ ਜੀਵ ਜਕੜੇ ਹੋਏ ਨੇ, ਪਕੜੇ ਹੋਏ ਨੇ, ਜੁੜੇ ਹੋਏ ਨੇ ਉਸ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਸੰਸਾਰ ਵਿੱਚ ਆਇਆ, ਮਿੱਥਿਆ ਵਸਤੂ ਤੋਂ ਦੂਰ ਰਹਿ, ਵਿਨਾਸ਼ਕਾਰੀ ਤੋਂ ਦੂਰ ਰਹਿ। ਮਿੱਥਿਆ ਤਨ ਧਨ ਕੁਟੰਬ ਸੁਭਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਬਣ ਧਨ ਮਾਲ, ਮਿੱਥਿਆ ਕਾਮ ਕ੍ਰੋਧ ਬਿਕਰਾਲ, ਮਿੱਥਿਆ ਰਥ ਹਸਤੀ ਅਸ਼ ਵਸਤੁਰਾ। ਸਭ ਕੁਝ ਮਿੱਥਿਆ, ਵਿਨਾਸ਼ਕਾਰੀ। ਰਹਿਣ ਵਾਲਾ ਇੱਕ ਵੈਗਰੂਈ, ਉਹਦੇ ਨਾਲ ਜੁੜ, ਉਹਦੇ ਮਾਰਗ 'ਤੇ ਤੁਰ। ਮਿੱਥਿਆ ਸੰਗ ਕੂੜ ਲਪਟਾਇਓ, ਮਿੱਥਿਆ ਪਦਾਰਥਾਂ ਨਾਲ ਜੁੜ ਕੇ ਕੂੜ ਦੇ ਵਿੱਚ ਖਤਮ ਹੋਣ ਵਾਲੇ ਦੇ ਅੰਦਰ ਜੋ ਨਾਲ ਨਹੀਂ ਜਾਣਾ। ਕੂੜਾ ਕਰਕਟ ਹੁੰਦਾ ਹੈ, ਮਾੜਾ
ਜਿਹਦੇ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਣਾ ਅਤੇ ਹੁੰਝ ਕੇ ਵੇਖਦੇ ਹਾਂ ਅਸੀਂ ਆਪ ਨੂੰ ਬਾਹਰ ਸਿੱਟਦੇ, ਕੰਮ ਦਾ ਨਹੀਂ। ਸੰਸਾਰ ਦੇ ਵਿੱਚ ਜਿੰਨੀਆਂ ਨਿਕੰਮੀਆਂ ਵਸਤੂ ਨੇ ਰੱਬ ਦੇ ਨਾਮ ਤੋਂ ਛੁੱਟ, ਉਹਨਾਂ ਸਾਰੀਆਂ ਦੇ ਨਾਲ ਲਪਟਿਆ। ਉਰਜ ਪਰਿਓ ਕੁਛ ਮਾਹੀ, ਉਹਨਾਂ ਨੂੰ ਫੁੱਲ ਜਾਣ ਕੇ, ਸੁਗੰਧੀ ਵਾਲੇ ਜਾਣ ਕੇ, ਚੰਗੀਆਂ ਜਾਣ ਕੇ, ਉਸ ਉਲਝਣ ਦੇ ਅੰਦਰ ਜੀਵ ਉਲਝ ਗਿਆ। ਮਹਾਰਾਜ ਕਹਿੰਦੇ ਧਰਮ ਰਾਈ ਜਬ ਪਕੜਸ ਬਵਰੇ, ਚੱਲਿਆ ਜਦੋਂ ਧਰਮ ਰਾਜ ਤੈਨੂੰ ਪਕੜੇਗਾ, ਉਹਦੇ ਕੋਲ ਜਾਵੇਂਗਾ। ਕਹਿਣ ਲੱਗੇ ਇਹਨਾਂ ਵਸਤੂਆਂ ਦੇ ਕਾਰਨ ਜਦੋਂ ਧਰਮ ਰਾਜ ਕੋਲ ਜਾਵੇਂਗਾ ਨਾ, ਤਾਂ ਕਾਲ ਮੁਖਾ ਉੱਠ ਜਾਹੀ, ਤੇਰਾ ਮੂੰਹ ਕਾਲਾ ਹੋਵੇਗਾ ਇਹਨਾਂ ਦੇ ਨਾਲ। ਕਿਉਂਕਿ ਮਿੱਥਿਆ ਨੇ, ਨਸ਼ਟ ਕਰਨ ਵਾਲੀਆਂ ਨੇ, ਕੋਈ ਵੀ ਪ੍ਰਕਾਸ਼ਮਈ ਨਹੀਂ, ਆਨੰਦਮਈ ਨਹੀਂ, ਖੇੜਾ ਨਹੀਂ ਦੇਣ ਵਾਲੀਆਂ ਇਹ ਮਿੱਥਿਆ ਵਸਤੂਆਂ ਨੇ। ਤੇਰੀ ਹਮੈਤ ਨਹੀਂ ਉਹ ਕਰਨੀ, ਹਮੈਤ ਨਾਮ ਨੇ ਕਰਨੀ। ਉਹ ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਨਾਮ ਖਿਨ ਮਾਹੇ ਉਧਾਰੀ, ਹਰੀ ਦਾ ਨਾਮ ਛਿਨ ਵਿੱਚ ਪਾਰ ਉਤਾਰਾ ਕਰੇਗਾ। ਔਰ ਮਹਾਰਾਜ ਮੀਰ